ਹਾਂਜੀ ਮਿੱਤਰੋ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਅੱਜ ਕਵਰੇਜ ਤੇ ਤਾਂ ਜਿਸ ਤੁਹਾਡੇ ਲਈ ਜੋ ਤੁਹਾਡਾ ਬਾਲਮੀ ਜਮਾਤ ਭਾਂਦਾ ਜਨਰਲ ਪੰਜਾਬੀ ਦਾ ਪੇਪਰ ਹੋਣ ਵਾਲਾ ਉਹ ਲੈ ਕੇ ਚੁੱਕਿਆ ਬਿਟੂਫੁੱਲ ਸੌਲਵ ਜੇਕਰ ਤੁਸੀਂ ਆਪਣੇ YouTube ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਮਿਲਦੇ ਰਹਿਣ ਤੇ ਤੁਹਾਨੂੰ ਦੱਸ ਦਈਏ ਜੇਕਰ ਤੁਸੀਂ ਇਸ ਪੇਪਰ ਦੀ ਪੀਡੀਐਫ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇੱਕ ਟੈਲੀਗ੍ਰam ਚੈਨਲ ਬਣਿਆ ਹੋਇਆ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੁਸੀਂ ਜਦੋਂ ਮੈਲਜੋ ਤੇ ਕਲਿੱਕ ਕਰਕੇ ਜੁਆਇਨ ਹੋ ਕੇ ਪੇਪਰ ਦੀ ਪੀਡੀਐਫ ਦੇਖ ਸਕੋ। ਤੇ ਚਲੋ ਆਪਾਂ ਪੇਪਰ ਬਲਬਾਦੇ ਆ। ਇਹ ਪੇਪਰ ਕੁਝ 80 ਅੰਕ ਦਾ ਤੇ ਸਮਾਂ 3 ਘੰਟੇ ਦਾ। ਇਹ ਕੁਝ ਹਦਾਇਤਾਂ ਦਿੱਤੀਆਂ ਗੈਨ ਇਹਨਾਂ ਨੂੰ ਤੁਸੀਂ ਧਿਆਨਪੂਰਵਕ ਪੜ੍ਹ ਲੈਣਾ ਹੈ। ਅਗੇ ਪਹਿਲਾ ਹੁੰਦਲਖੜੀ ਪੰਜ ਅਕ ਨਿਲਦਾ ਹੈ ਹਨ। ਪ੍ਰਸ਼ਨ ਨੰਬਰ 2 ਵਸਤੂ ਨਿਸ਼ਟ ਪ੍ਰਸ਼ਨ ਹੈ। ਸਾਰੇ ਪ੍ਰਸ਼ਨ ਜੁੜੇ ਹਨ। ਹਰੇਕ ਪ੍ਰਸ਼ਨ 2 ਅੰਕ ਦਾ ਹੈ। ਪਹਿਲਾ ਭਾਗ ੳ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਲਿਖੋ। ਮਾਰਾ ਬੰਦਾ ਕਹਾਣੀ ਦੇਖ ਕੇ ਸ ਇੱਕ ਪੱਤ ਦਾ ਨਾਮ ਲਿਖੋ। 릭ਸ਼ੀਬਰਾ ਸੰਤੋਖ ਸਿੰਘ ਢੀਲ ਦੀ ਕਿਹੜੀ ਕ ਕਿਹੜੀ ਕਹਾਣੀ ਲਾਜ਼ਮੀ ਪੰਜਾਬੀ 12ਵੀਂ ਪਾਠ ਪੁਸਤਕ ਵਿੱਚ ਸ਼ਾਮਲ ਹੈ ਇਹਦਾ ਅਨਸਰ ਜੋ ਆਪਣਾ ਦਿਸ ਭਾਰਤ ਅਤੇ ਪਾਕਿਸਤਾਨ ਦੀ ਬੰਦ ਕਦੋਂ ਹੋਈ ਇਹਦਾ ਅਨਸਰ 1947 ਬੱਚੇ ਦੇ ਜਨਮ ਤੋਂ ਬਾਅਦ ਕਿਹੜੀ ਦੂਰ ਰੋਸ਼ਮ ਕੀਤੀ ਜਾਂਦੀ ਹਨ ਇਹਦਾ ਅਨਸਰ ਜੋ ਗੁਰਤੀ ਅਤੇ ਪੱਜੀਵਨਾ ਹਾਉ ਨਾ ਹੁੰਦੀ ਅਗੇ ਪੰਜਵਾਂ ਦੋਸਤਾਂ ਕਵਿਤਾ ਦੇ ਕਵੀ ਕੌਣ ਹੈ ਇਹਦਾ ਅਨਸਰ ਜੋ ਪਿਆਰਾ ਸਿੰਘ ਸਹੀਰਾਈ ਅਗੇ ਪਾੜਾ ਬਹੁ ਚੋਣਵੇਂ ਪ੍ਰਸ਼ਨ ਪਹਿਲਾ ਪ੍ਰਸ਼ਨ ਹੈਗਾ ਸੰਜ ਕਹਾਣੀ ਦਾ ਮੁੱਖ ਪਾਤਰ ਕੌਣ ਹੈ ਇਹਦਾ ਸਜੂ ਈੜੀ ਪ੍ਰੋਫੈਸਰ ਐਮ ਐਲ ਮਲੂਤਰ ਆ ਕਿ ਦੂਸਰਾ ਆਪਣੇ ਇਸ ਕਹਾਣੀ ਦੇ ਕਿ ਨੇ ਪਾਤਰ ਕਨੇਡਾ ਦੇ ਰਹਿਣ ਵਾਲੇ ਹਨ ਇਹਦਾ ਸਰ ਹੈਗਾ ਈੜੀ ਤਿੰਨ ਤੇ ਤੀਸਰਾ ਹੁਣ ਕੁੜੀਆਂ ਹੁਣ ਕੁੜੀਆਂ ਪੜ੍ਹ ਲਿਖ ਕੇ ਕੀ ਕਰਨ ਲੱਗ ਪਈਆਂ ਹਨ ਇਹਨਾਂ ਸਾਜੂ ਕਮਾਉਨੋ ਅੱਗੇ ਚੌਥਾ ਸ਼ਿਵ ਕੁਮਾਰ ਬਟਾਲਵੀ ਦੇ ਗੀਤ ਦਾ ਮੂਲ ਸੁਰ ਕਿਹੜਾ ਹੈ ਇਹਨਾਂ ਸਾਜੂ ਊੜਾ ਉਦਾਸ ਅੱਗੇ ਪੰਜਵਾਂ ਅਖਾਉਤ ਪੂਰੀ ਕਰੋ ਹਿੰਗ ਲੱਗੇ ਨਾ ਫਤਕੜੀ ਰੰਗ ਚੋਖਾ ਆਵੇ ਮਤਲਬ ਅਰਥਹੀਆ ਅਗੇ ੜੀ ਖੇਥ ਲਿਖੇ ਕਥਨਾ ਵਿੱਚੋਂ ਕਥਨ ਵਿੱਚੋਂ ਸਹੀ ਸਹੀ ਤੇ ਗਲਤ ਕਿਹੜਾ ਇਹਨਾਂ ਸਹੀ ਗਲਤ ਦੱਸਣਾ ਪਹਿਲਾ ਹੈਗਾ ਜੀਤੋ ਦੇ ਬਿਆਹ ਦੀ ਜੀਤੂ ਦੇ ਬੀਲ ਦੀ ਬੀਅ ਤੇ ਕਮ ਸਾਲ ਵਿੱਚ ਮਤਤ ਮਾਜੀ ਗਈ ਸੀ ਕਿਉਂਕਿ ਇੱਕ ਇੱਕਦਮ ਮੁੱਕਦਾ ਸੀ ਦੂਜਾ ਉਸ ਲਈ ਤਿਆਰ ਹੁੰਦਾ ਸੀ ਇਹ ਬਿਲਕੁਲ ਸਹੀ ਆ ਅਗਰ ਦੂਸਰਾ ਨੀਲੀ ਦੀ ਬੱਚੀ ਨੀਲੀ ਦੀ ਬੱਚੀ ਮਰ ਗਈ ਕਿਉਂਕਿ ਗਵਾਲਾ ਉਸ ਨੂੰ ਚਾਰਾ ਨਹੀਂ ਖਵਾਉਂਦਾ ਸੀ ਇਹ ਬਿਲਕੁਲ ਗਲਤ ਆ ਕਿਉਂਕਿ ਉਹਨੂੰ ਦੁੱਧ ਨਹੀਂ ਪੀਣ ਨੂੰ ਦਿੰਦਾ ਸੀ ਮਤਲਬ ਦੁੱਧ ਨਹੀਂ ਚੁੰਗਣ ਦਿੰਦਾ ਸੀ ਅਗਰ ਤੀਸਰਾ ਪੰਜਾਬ ਦੇ ਬਹੁਤੇ ਮੇਲੇ ਮੌਸਮਾ ਰੁੱਤਾਂ ਤੇ ਤਿਹਾੜੀਆਂ ਨਾਲ ਸੰਬੰਧਿਤ ਹਨ ਇਹ ਬਿਲਕੁਲ ਸਹੀ ਆ ਅਗੇ ਚੌਥਾ ਨਵੇਂ ਸੱਬਿਆਚਾਰ ਪੰਖੀ ਕਈ ਵਾਰ ਆਪਣੇ ਬਿਸਣੂ ਵੀ ਭੁੱਲ ਜਾਂਦੇ ਹਨ ਆ ਵੀ ਸਹੀ ਆ ਅਗੇ ਲਹੂ ਵਿੱਚ ਭਿੱਜੀ ਕੂੜੀ ਪੂਬਾ ਮਾਰ ਰਹੀ ਸੀ ਇਹ ਵੀ ਸਹੀ ਆ ਚਲੋ ਆਪਾਂ ਅੱਗੇ ਕਰਵਾ ਦਿੰਨੇ ਆ ਇਹ ਕੁਐਸਚਨ ਤੁਸੀਂ ਇੱਕ ਵਾਰ ਦੇਖ ਲਓ ਇਹਦਾ ਅਨਸਰ ਤੁਹਾਨੂੰ ਹੁਣੀ ਕਰਵਾ ਦਵਾਂਗੇ ਮਤਲਬ ਆਪਾਂ ਇੱਕ ਹੋਰ PDF ਤਿਆਰ ਕੀਤੀ ਆ ਇਹਨੇ ਕੁਐਸਚਨ ਦੇ ਹੱਲ ਲਈ ਉਥੇ ਆਪਾਂ ਤੁਹਾਨੂੰ ਦੇਖ ਕੇ ਇਹਨਾਂ ਦੇ ਇਕਲੇ ਇਕਲੇ ਕੁਐਸਚਨ ਅਨਸਰ ਕਰਵਾ ਦਵਾਂਗੇ ਇਹ ਦੂਸਰੇ ਕੁਐਸਚਨ ਚੈੱਕ ਕਰ ਲਓ ਕਿ ਕਿਨੇ ਚਲੋ ਆਪਾਂ ਦੂਸਰੀ ਪੀਡੀਐਫ ਖੋਲ ਲੈਨੇ ਓਕੇ ਦੋਸਤੋ ਦੋਸਤੋ ਆਪਾਂ ਨੇ ਦੂਸਰੀ ਪੀਡੀਐਫ ਖੋਲ ਲਈ ਹੈ ਜਿਸ ਵਿੱਚ ਤੀਜੇ ਤੋਂ ਲੈ ਕੇ 10ਵੇਂ ਪ੍ਰਸ਼ਨ ਤੱਕ ਸਾਰੇ ਅਸਰ ਹਨ ਇਹ ਤੁਹਾਨੂੰ ਕਰਵਾ ਦਿੰਨੇ ਆਂ ਊੜਾ ਸੱਬੇਚਲ ਦੀ ਪਰਿਭਾਸ਼ਾ ਕੀ ਹੈ ਸੱਬੇਚਲ ਸ਼ਬਦ ਦੋ ਸ਼ਬਦਾਂ ਸੱਬੇプラス ਅਚਲ ਦਾ ਸੁਮੇਲ ਹੈ ਸੱਬੇ ਦਾ ਅਰਥ ਨਿਰਜਵ ਬਣਤਾ ਤੋਂ ਹੈ ਅਤੇ ਅਚਲ ਦਾ ਅਰਥ ਆਚਲਨ ਤੋਂ ਹੈ ਉਹ ਚਰਿੱਤਰ ਜੋ ਜੀਵਨ ਲਈ ਨਿਰਜਵ ਬਣਤਾ ਦਾਤਾ ਨਹੀਂ ਹੈ ਨੂੰ ਸੱਬੇਚਲ ਕਿਹਾ ਜਾਂਦਾ ਹੈ ਸੱਭਿਆਚਾਰ ਕਿਸੇ ਖਾਸ ਖਿੱਤੇ ਜਾਂ ਕੌਮ ਦੀ ਸਮੁੱਚੀ ਜੀਵਨ ਜਾਂਚ ਹੁੰਦੀ ਹੈ ਸੱਭਿਆਚਾਰ ਉਸ ਕੌਮ ਦੀ ਜੀਵਨ ਜਾਂਚ ਨਾਲ ਜੁੜੇ ਵੱਖ-ਵੱਖ ਵਿਚਾਰਾ ਮਨੋਤਾ ਰਹਿਣ ਸਹਿਣ ਕਦਰਾਂ ਕੀਮਤਾਂ ਰੀਤੀ ਰਿਵਾਜਾਂ ਪਹਿਰਾਵੇ ਬੋਲੀ ਅਤੇ ਦਿੱਥ ਤੇ ਹਾਲ ਦਾ ਸੁਮੇਲ ਹੈ ਅਗੇ ਦੂਸਰਾ ਪ੍ਰਸ਼ਨ ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਕੀ ਮਹੱਤਵ ਹੈ ਇਧਰ ਸਜੂਆ ਮਨੁੱਖੀ ਜੀਵਨ ਵਿੱਚ ਰਸਮ ਰਿਵਾਜਾਂ ਦਾ ਬਹੁਤ ਮਹੱਤਵ ਹੈ ਈਪਾਈ ਚਾਦਰਕ ਜੀ ਭਾਈਚਾਰਕ ਜੀਵਾ ਦੇ ਮਨਾਉਂਦੀਆ ਸਿੱਕਾ ਸਦਰਾ ਅਤੇ ਜਜਬੀਆਂ ਦੀ ਤਲਜਮਾਨੀ ਕਰਦੇ ਹਨ ਜਨਮ ਮਨ ਅਤੇ ਵਿਆਹ ਸਾਦੀ ਦੇ ਮੌਕੇ ਇਹਨਾਂ ਦਾ ਅਸਲੀ ਰੂਪ ਸਾਹਮਣੇ ਆਉਂਦਾ ਹੈ ਰਸਮ ਦੀ ਬਾਜਤ ਸਾਨੂੰ ਸਾਡੇ ਧਾਰਮਿਕ ਸੰਸਕਾਰਾਂ ਬਾਰੇ ਪਤਾ ਲੱਗਦਾ ਹੈ ਇਸ ਕਹ ਰਸਮ ਦੀ ਬਾਜਤ ਮਨੁੱਖੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਹਨ ਅਗੇ ਲੋਕ ਕਲਾ ਅਤੇ ਸਸਤੀ ਕਲਾ ਵਿੱਚ ਅੰਤਰ ਹੈ ਮਤਲਬ ਕੀ ਅੰਤਰ ਹੈ ਲੋਕ ਕਲਾ ਅਤੇ ਸਸਤੀ ਸਾਸਤਰੀ ਕਲਾ ਵਿੱਚ ਕੁਝ ਅੰਤਰ ਹੈ ਜਿਵੇਂ ਜਿਵੇਂ ਲੋਕ ਕਲਾ ਵਿੱਚ ਨਿਖਾਰ ਆਉਂਦਾ ਹੈ ᱛਿਵੇਂ ᱛਿਵੇਂ ਕਲਾ ਦੇ ਕਰਾਦੇ ਨਿਜਵੰਦ ਦੇ ਹਨ ਜਿਸ ਕਰਾਦਾ ਲਿਖਤੀ ਸ਼ਾਸਤਰ ਬਣ ਗਿਆ ਔਰ ਲੋਕ ਕਲਾ ਸ਼ਾਸਤਰੀ ਕਰਾਦੇ ਕੇ ਰੇ ਵਿੱਚ ਚਲੀ ਜਾਂਦੀ ਹੈ ਇਹ ਕਲਾ ਭਾਵੇਂ ਨਾ ਚ ਹੁੰ ਜਾਂ ਚਿੱਤਰਕਾਰੀ ਹੋਵੇ ਇੱਥੇ ਇਹ ਗੱਲ ਸਪਸ਼ਟ ਰਹਿਣੀ ਹੈ ਕਿ ਸ਼ਾਸਤਰੀ ਕਲਾ ਜਿੱਥੇ ਬੱਜਵੀਂ ਨਿਯਮਬਾੜੀ ਹੁੰਦੀ ਹੈ ਉੱਥੇ ਲੋਕ ਕਲਾ ਨਿਯਮ ਲਚਕੀਲੇ ਹੁੰਦੇ ਹਨ ਅਕੀਸਾ ਸਸਾ ਪ੍ਰਸ਼ਨ ਪੰਜਾਬ ਦੇ ਲੋਕ ਨਾਚਾਂ ਦੀ ਪਰੰਪਰਾ ਜਾਂ ਪ੍ਰਾਚੀਨਤਾ ਦਾ ਕਿਵੇਂ ਪਤਾ ਲੱਗਦਾ ਹੈ ਪੰਜਾਬ ਵਿੱਚ 5000 ਈਸਵੀ ਪੂਰਵ ਤੋਂ ਲੋਕ ਨਾਚ ਨੱਚ ਦੀ ਪਰੰਪਰਾ ਦਾ ਪ੍ਰਮਾਣ ਮਿਲਦਾ ਹੈ 5000 ਪੂਰਵ ਈਸਵੀ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਭੂਗੋਲਿਕ ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਪਰਿਵਰਤਨ ਆ ਚੁੱਕੇ ਹਨ ਅਨੇਕ ਜਨਜਾਤੀਆਂ ਇਨ੍ਹਾਂ ਵਿੱਚ ਦਰਾੜਾ ਤੋਂ ਲੈ ਕੇ ਅੰਗ ਦਰਾਬੜ ਤੋਂ ਲੈ ਕੇ ਅੰਗਰੇਜ਼ੀ ਤੱਕ ਸਮਰ ਹਨ ਨੇ ਇਸੇ ਖਿੱਤੇ ਦੇ ਸੱਭਿਆਚਾਰ ਇਤਿਹਾਸਕ ਨੂੰ ਨਵੀਆਂ ਦਿਸ਼ਾਵਾਂ ਮੈਂ ਪ੍ਰਦਾਨ ਕੀਤੀਆਂ ਹਨ ਅਗਿਆਹਾ ਪ੍ਰਸ਼ਨ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਦੇਬੀਤੀ ਖਾਣੇ ਨੂੰ ਕਿਉਂ ਤਜੀਹ ਦੇਣੀ ਚਾਹੀਦੀ ਹੈ ਇਰਾ ਸਰੂ ਸਾਨੂੰ ਆਪਣੇ ਪੰਜਾਬ ਸਾਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਪੰਜਾਬੀ ਖਾਣੇ ਦੀ ਥਾਂ ਥਾਂ ਬਰਾਈ ਰੱਖਣੀ ਚਾਹੀਦੀ ਹੈ ਇਹ ਵਿਗਿਆਨਿਕ ਤੌਰ ਤੇ ਜ਼ਰੂਰੀ ਹੈ ਕਿਉਂਕਿ ਹਰ ਇਲਾਕੇ ਵਿੱਚ ਪੈਂਦਾ ਹੌਨ ਪੈਦਾ ਹੋਣ ਵਾਲੇ ਖਾਦ ਖੁਰਾਕ ਅਤੇ ਉਸ ਨੂੰ ਬਣਾਉਣ ਦਾ ਤੰਗ ਉਥੋਂ ਦੇ ਬਤਾਵਨ ਅਨੁਸਾਰ ਧਿਆ ਹੁੰਦਾ ਹੈ ਸਾਡੇ ਰਵਾਇਤੀ ਖਾਣੇ ਖੁਰਾਕ ਤੱਤਾਂ ਦੇ ਮਾਮਲੇ ਵਿੱਚ ਚੰਗੇ ਅਤੇ ਸਸਤੇ ਹਨ ਜੋ ਕਿ ਬਹੁਤ ਨਵੇਂ ਖਾਣੇ ਸਿਹਤ ਲਈ ਮਾਰੇ ਅਤੇ ਮਹਿੰਗੇ ਹਨ ਇਸ ਲਈ ਇਸ ਲਈ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦੇ ਰਵਾਇਤੀ ਖਾਣੇ ਨੂੰ ਤਜੀਹ ਦੇਣੀ ਚਾਹੀਦੀ ਹੈ ਅਗਲਾ ਚੌਥਾ ਪ੍ਰਸ਼ਨ ਹੈਗਾ ਪੰਜਾਬ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਰੋਧਿਆਣਾ ਵੱਲੋਂ ਅੱਜ ਆਯੋਜਿਤ ਹੋਣ ਵਾਲੇ ਕਿਸੇ ਮੇਲੇ ਵਿੱਚ ਮੇਲੇ ਵਿੱਚ ਆਪਣਾ ਸਟਾਲ ਲਾਉਣ ਲਈ ਮੇਲੇ ਪ੍ਰਬੰਧਕ ਨੂੰ ਪੱਤਾ ਲਿਖੋ ਪਹਿਲੇ ਤੁਸੀਂ ਪਿੰਡ ਦਾ ਪਿੰਡ ਅਤੇ ਡਾਕਖਾਨਾ ਲਿਖਣਾ ਫਿਰ ਜ਼ਿਲ੍ਹਾ ਫਿਰ ਹਵਾਲਾ ਨੰਬਰ ਤੇ ਤਰੀਕ ਲਿਖ ਦੇਣੀ ਹੈ ਕਿ ਤੁਸੀਂ ਲਿਖੋਗੇ ਮੁੱਖ ਖੇਤੀਬਾੜੀ ਅਫਸਰ ਖੇਤੀ ਖੋਜ ਕੇਂਦਰ ਹੁਸ਼ਿਆਰਪੁਰ ਅਗੇ ਵਿਸ਼ਾ ਕਿਸਾਨ ਮੇਲੇ ਵਿੱਚ ਸਟਾਲ ਲਾਉਣ ਸੰਬੰਧੀ ਕਿ ਸ਼੍ਰੀਮਾਨ ਜੀ ਬੀਤੇ ਦਿਨ ਅਖਵਾ ਵਿੱਚ ਸਪੇ ਇਤਿਹਾਸ ਇਹਦੀ ਹਾਤ ਇਸ ਤਰ੍ਹਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ 16 ਸਤੰਬਰ ਜੋ ਵੀ ਤਰੀਕ ਤੁਸੀਂ ਆਪਣੇ ਲਿਖਣੀ ਹੋ ਉਹ ਲਿਖ ਸਕਦੇ ਹੋ ਨੂੰ ਜਲੰਧਰ ਵਿੱਚ ਇੱਕ ਕਿਸਾਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ ਮੈਂ ਇਸ ਮੇਲੇ ਵਿੱਚ ਆਪਣਾ ਸਟਾਲ ਲਾਉਣਾ ਚਾਹੁੰਦਾ ਹਾਂ ਜਿਸ ਵਿੱਚ ਹੇਠ ਲਿਖੇ ਅਨੁਸਾਰ ਬਸਤਾ ਸਮਾਨ ਕਿੱਤਿਆਂ ਜਾਣ ਗਿਆ ਪਹਿਲੀ ਹੈਗੀ ਆ ਮੈਂ ਆਪਣੇ ਫਾਰਮ ਵਿੱਚ ਇੱਕ ਸ਼ੋਤਾ ਜਿਹੜਾ ਜੁਨਿਤ ਲਾਕ ਕੀ ਦੱਬਾ ਬੰਦ ਸਾਗ ਸਬਜ਼ੀਆਂ ਧਾਲਾਂ ਕੜੀ ਕੜੀ ਪਿੰਨਪਿੰਨ ਪ੍ਰਕਾਰ ਦੇ ਆਚਾਰ ਮਰਬੇ ਤੇ ਜਾਮ ਤਿਆਰ ਕਰਦਾ ਹਾਂ ਜੋ ਕਿ ਲੋਕਾਂ ਨੂੰ ਬਹੁਤ ਹੀ ਪਸੰਦ ਕੀਤੇ ਜਾਂਦੇ ਹਨ ਅਗਰ ਦੂਸਰਾ ਇਸ ਤੋਂ ਇਲਾਵਾ ਮੈਂ ਆਪਣੇ ਫਾਰਮ ਵਿੱਚ ਫੁੱਲਾਂ ਦੀ ਖੇਤੀ ਦੇ ਨਾਲ ਸਹਿਦ ਦੇ ਮੱਖੀਆ ਪਾਲ ਕੇ ਸਹਿਦ ਤਿਆਰ ਕਰਦਾ ਹਾਂ ਤੇ ਬੋਤਲਾਂ ਵਿੱਚ ਬੰਦ ਕਰਕੇ ਵੇਚਦਾ ਹਾਂ ਇਸ ਤਰ੍ਹਾਂ ਤੋਂ ਲੋਕਾਂ ਨੂੰ ਸੁੱਧ ਸਹਿਦ ਪ੍ਰਾਪਤ ਪ੍ਰਾਪਤ ਹੋਵੇਗਾ ਮੇਰੇ ਇਸ ਸਟਾਲ ਤੋਂ ਜਿੱਥੇ ਕਿਸਾਨਾਂ ਦੇ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਬਲਤਾਂ ਲਈ ਸੁੱਧ ਤੇ ਗੁਣਵੱਤਾ ਵਾਲੇ ਰੈਡੀਮੇਡ ਖਾਣੇ ਪ੍ਰਾਪਤ ਹੋ ਸਕਣਗੇ ਉੱਥੇ ਉਹ ਆਪਣੇ ਘਰ ਆਪਣੇ ਘਰਾਂ ਤੇ ਫਾਰਮਾਂ ਵਿੱਚ ਸੋਤ-ਸੋਤੇ ਸਵੈ ਰੁਜ਼ਗਾਰ ਖੋਲਣ ਲਈ ਵੀ ਉਤਸ਼ਾਹਿਤ ਹੋਣਗੇ ਇਸ ਦੇ ਨਾਲ ਹੀ ਇਸ ਸਟਾਲ ਤੋਂ ਕਿਸਾਨਾਂ ਨੂੰ ਆਰਗੈਨਿਕ ਖੇਤੀ ਕਰਨ ਦੇ ਪਾਣੀ ਦੇ ਘੱਟ ਵਰਤੋਂ ਨਾਲ ਫਸਲਾਂ ਪੈਦਾ ਕਰਨ ਦੀ ਸ਼ਪੈ ਸ਼ਪੈ ਲਿਟਰੇਚਰ ਮੁਫਤ ਬੰਡਿਆ ਜਾਵੇਗਾ ਇਸ ਦਿਨ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਆਪਣੇ ਉਤਪਾਦਾਂ ਉਤਪਾਦਨਾ ਦੀ ਗੁਣਵੰਤਾਕ ਮੈਨੂੰ ਬਹੁਤ ਸਾਰੇ ਇਨਾਮ ਸਨਮਾਨ ਵੀ ਪ੍ਰਾਪਤ ਹੋ ਚੁੱਕੇ ਹਨ ਕਿਰਪਾ ਕਰਕੇ ਇਹ ਜਾਣਕਾਰੀ ਦਿੱਤੀ ਜਾਵੇ ਜਾਵੇ ਕਿ ਮੈਨੂੰ ਇਸ ਇਸ ਮੈਨੂੰ ਇਸੇ ਮੇਲੇ ਵਿੱਚ ਕਿਸ ਪ੍ਰਕਾਰ ਦਾ ਸਟਾਲ ਲਾਉਣ ਦੀ ਆਗਿਆ ਹੋਵੇਗੀ ਤੇ ਇਸ ਦੀ ਕਿੰਨੀ ਫੀਸ ਅਦਾ ਕਰਨੀ ਪਵੇਗੀ ਸਟਾਲ ਦੀ ਸਥਿਤੀ ਕੀ ਹੋਵੇਗੀ ਇਸ ਦੇ ਪ੍ਰਚਾਰ ਲਈ ਬੈਨਰ ਜਾਂ ਬੋਰਡ ਵੀ ਲਾਇਆ ਜਾ ਸਕਣਗੇ ਜਾਂ ਨਹੀਂ ਆਸ ਹੈ ਕਿ ਆਪ ਮੈਨੂ ਮੇਰੀ ਵਿਚਤਤਾ ਲਾਉਣ ਦੀ ਪ੍ਰਵਾਨਗੀ ਦੇਉਗੇ ਇਸ ਇਸ ਸੰਬੰਧੀ ਆਪ ਵੱਲੋਂ ਨਿਰਧਾਰਿਤ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇਗੀ ਅਗੇ ਧੰਨਵਾਦ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਰితీਸ਼ ਕੁਮਾਰ ਅਗੇ ਮੋਬਾਈਲ ਨੰਬਰ ਅਗੇ ਆਪਸ਼ਨ ਦੇ ਵਿੱਚ ਆਉਗੀ ਆਪਣੇ ਜ਼ਿਲ੍ਹੇ ਦੇ ਆਮਦਨ ਕਰ ਅਧਿਕਾਰੀ ਨੂੰ ਚਿੱਠੀ ਲਿਖੋ ਜਿਸ ਵਿੱਚ ਤੁਹਾਡੇ ਵੱਲੋਂ ਵੱਧ ਜਮਾ ਕਰਾਇਆ ਟੈਕਸ ਵਾਪਸ ਕਰਨ ਲਈ ਬੇਨਤੀ ਕਰੋ ਅਗੇ ਕੈਸੀ ਬਤਾ 120 ਸਰਾਲ ਗੰਜ ਜਲੰਧਰ ਅਗੇ ਮਿੱਟੀ ਲਿਖ ਦੇਣੀ ਆ ਆਮਦਨ ਕਰ ਅਫਸਰ ਮਤਲਬ ਉਤਰਕਲਾ ਐਡਰੈਸ ਚੇਂਜ ਹੋ ਸਕਦਾ ਜੇ ਤੁਹਾਨੂੰ ਐਡਰੈਸ ਦਿੱਤਾ ਹੋਵੇ ਤਾਂ ਉਹ ਪੜਨਾ ਜੇਕਰ ਤੁਹਾਨੂੰ ਕੋਈ ਐਡਰੈਸ ਨਾ ਦਿੱਤਾ ਜਾਵੇ ਤਾਂ ਇਹ ਐਡਰੈਸ ਤੁਸੀਂ ਲਿਖ ਸਕਦੇ ਹੋ ਅਗੇ ਆਮਦਨ ਕਰ ਅਫਸਰ ਆਮਦਨ ਕਰ ਵਿਭਾਗ ਜਲੰਧਰ ਵਿਸ਼ਾ ਬਾ ਦੋ ਜਮਾਤ ਕਿਰਾਏ ਟੈਕਸ ਦਾ ਰਿਫੰਡ ਸ਼੍ਰੀਮਾਨ ਜੀ ਸਾਲ 2021-22 ਵਿੱਚ ਮੇਰੇ ਵੱਲੋਂ ਜਮ੍ਹਾਂ ਕਿਰਾਏ ਇਨਕਮ ਟੈਕਸ ਸੰਬੰਧੀ ਹੇਠ ਲਿਖੀਆਂ ਗੱਲਾਂ ਆਪ ਦੇ ਧਿਆਨ ਜੋਗ ਹਨ ਪਹਿਲਾ ਹੈਗਾ ਸਾਲ 2021-22 ਵਿੱਚ ਮੇਰੇ ਵੱਲੋਂ 2021 ਦੀ ਰਿਟਰਨ ਰਿਟਰਨ ਦੇ ਅਧਾਰ ਤੇ ਸਤੰਬਰ ਦਸੰਬਰ ਅਤੇ ਮਾਰਚ ਵਿੱਚ ਐਡਵਾਂਸ ਟੈਕਸ ਦੀਆਂ ਕਿਸ਼ਤਾਂ ਦੇ ਰੂਪ ਵਿੱਚ 9510 ਰੁਪਏ ਜਮ੍ਹਾਂ ਕਰਾਏ ਗਏ ਦੂਸਰਾ ਜੁਲਾਈ ਵਿੱਚ ਉਪਰੋਕਤ ਸਾਲ ਦਾ ਰਿਤਨਪਾਲ ਨ ਮੈਨੂੰ ਮੈਨੂੰ ਪਤਾ ਲੱਗਾ ਕਿ ਮੇਰੀ ਇਸ ਸਾਧੂਏ 2122 ਦੀ ਆਮਦਨ 2021 ਨਰੋ 20228 ਰੁਪਏ ਕੱਤ ਰਹੀ ਹੈ ਕਿ ਤੀਸਰਾ ਮੇਰੇ ਵੱਲੋਂ 202122 ਵਿੱਚ ਆਪਣੀ ਅਸਲ ਆਮਦਨ ਨਰੋ ਬਾਦੂ ਰਕਮ ਉਤੇ ਜਮ੍ਹਾਂ ਕਰਾਈ ਗਈ ਟੈਕਸ ਰਕਮ ਨੂੰ ਵਾਪਸ ਕੀਤਾ ਜਾਵੇ ਮੇਰਾ ਪੱਕਾ ਖਾਤਾ ਨੰਬਰ ਡੈਸ਼ ਹੈ ਇਤਸ ਕੋਈ ਵੀ ਮਤਲਬ ਕੋਈ ਵੀ ਲਿਖ ਸਕਦੇ ਹੋ ਮਤਲਬ ਦੇ ਕੋਲ ਬਣਾ ਕੇ ਲਿਖ ਸਕਦੇ ਹੋ ਅਗੇ ਨਵ ਸਹਿਤ ਆਪ ਜੀ ਦਾ ਵਿਸ਼ਵਾਸਪਾਤਰ ਬਲਜੀਤ ਸਿੰਘ ਤੇ ਮੋਬਾਈਲ ਨੰਬਰ ਅੱਗੇ 5 ਆ ਗਿਆ। ਇਥੇ ਲਿਖੀ ਬਾਤਾਂ ਦੀ ਇੱਕ ਤਿਹਾਈ ਸ਼ਬਦਾਂ ਵਿੱਚ ਸੰਖੇਪ ਰਚਨਾ ਕਰੋ ਅਤੇ ਤੁਕਮਸੇ ਲੇਖ ਵੀ ਦਿਓ। ਇਹਦਾ ਸਿਲੇਕਾ ਜੁਆ ਬੱਚਿਆਂ ਦੀ ਪਾਲਣਾ ਸੰਖੇਪ ਰਚਨਾ ਹੈਗੀ ਹੈ ਹੈਗੀ ਆ ਆਮ ਕਕੇਰੀ ਲੂ ਪ੍ਰੋਗਰਾਮ ਮੇ ਬੱਚੇ ਨੂੰ ਮੁੱਖ ਰੱਖ ਕੇ ਨਹੀਂ ਬਣਾਏ ਜਾਂਦੇ ਕਿਰਾ ਵਿੱਚ ਤਲਬ ਕਰਾਂ ਵਿੱਚ ਵੱਡਿਆਂ ਦੀ ਮਰਜ਼ੀ ਚੱਲਦੀ ਹੈ ਤੇ ਬੱਚਿਆਂ ਨੂੰ ਉਹਨਾਂ ਦੀ ਮਰਜ਼ੀ ਨਹੀਂ ਕਰਨ ਦਿੱਤੀ ਜਾਂਦੀ। ਦੂਜੇ ਮਹਾਂ ਜੰਗ ਦੇ ਸਮੇਂ ਇੰਗਲਿਸਤਾਨ ਵਿੱਚ ਸਰਕਾਰ ਨੇ ਬੱਚਿਆਂ ਨੂੰ ਮਾਵਾ ਤੇ ਸਕੂਲਾਂ ਤੋਂ ਵੱਖ ਕਰਕੇ ਬਚਾਵ ਵਾਲੀਆਂ ਥਾਵਾਂ ਉੱਤੇ ਭੇਜ ਕੇ ਦੇਸ਼ ਦੇ ਪਰਿਕ ਨੂੰ ਬਚਾਉਂਦਾ ਪੂਰਾ ਯਤਨ ਕੀਤਾ ਸੀ। ਇਹ ਛਿਮਾ ਹੇਠ ਲਿਖੀ ਸ਼ਬਦ ਸਮੂਹਾ ਵਿੱਚੋਂ ਕਿਸੇ ਇੱਕ ਸ਼ਬਦ ਸਮੂਹ ਨੂੰ ਸ਼ਬਦ ਕੋਸ਼ ਦੀ ਤਰਤੀਬ ਅਨੁਸਾਰ ਲਿਖੋ। ਇਹ ਦੋ ਸ਼ਬਦ ਕੋਸ਼ ਮੁਤਾਬਕ ਦਿੱਤੇ ਗਏ ਨੇ ਨਾ ਤੁਸੀਂ ਤਲਤੀਬਨ ਸੌ ਲਿਖਨੇ ਹਨ ਇਹ ਇਹਦੇ ਅਨਸਰ ਹਨ ਪਹਿਲੇ ਦਾ ਅਨਸਰ ਉਹ ਪਹਿਲੇ ਚਪੇੜ ਫਿਰ ਚਰਮਗਜ ਅਗੇ ਚਾਂਦਨੀ ਅਗੇ ਚਾਲੂ ਅਗੇ ਸ਼ਾਉਣੀ ਤੇ ਛੇੜਨਾ ਦੂਸਰੇ ਦਾ ਪਹਿਲੇ ਹੈਗਾ ਅਮਸਰ ਫਿਰ ਕਲਤਾਰਪੁਰ ਫਿਰ ਗੁਲਦਾਸਪੁਰ ਫਿਰ ਜਲੰਧਰ ਫਿਰ ਪਠਾਨਕੋਟ ਫਿਰ ਰਾਵਲਪਿੰਡੀ ਅਗੇ ਸੱਤਵਾਂ ਪ੍ਰਸ਼ਨ ਹੈਗਾ ਇਹ ਚ ਲਿਖੇ ਵਾਕਾਂ ਵਿਤੋਕ ਕਿਸੇ ਤਿੰਨ ਵਾਕਾਂ ਨੂੰ ਬਰੈਕਟ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਬਦੰਦਰ ਕਰੋ ਉਹ ਰਹਾ ਹੈਗਾ ਅੱਗੇ ਵੱਧ ਕੇ ਬੈਜ ਦੇ ਦੰਦ ਖੱਟੇ ਕਰੋ ਇਹਨੂੰ ਸੰਜੁਕਤ ਬਾਗ ਵਿੱਚ ਬਦਲਨਾ ਅੱਗੇ ਵਧੋ ਅਤੇ ਬੈਲੇ ਦੇ ਦੰਦ ਖੱਟੇ ਕਰੋ ਅਗੇ ਦੂਸਰਾ ਦੁੱਖ ਵਿੱਚ ਸਬਰ ਤੋਂ ਕਮ ਲਵੋ ਇਹਨੂੰ ਮਿਸ਼ਲਤ ਵਿੱਚ ਬਦਲਣਾ ਦੁੱਖ ਹੋਵੇ ਤਾਂ ਸਬਰ ਤੋਂ ਕਮ ਲਵੋ ਅਗੇ ਈੜੀ ਮਿਹਨਤ ਸਫਲ ਹੋਈ ਇਹਨੂੰ ਨਾ ਬਚ ਕੇ ਵਿੱਚ ਬਦਲਨਾ ਇਸ ਦਾਸ ਰਾਜੂ ਮਿਹਨਤ ਵਿਅਰਥ ਨਹੀਂ ਗਈ ਅਗੇ ਚੌਥਾ ਜੇ ਦੇ ਵਿਪਤਾ ਪਏ ਤਾਂ ਧੀਰਜ ਰੱਖੋ ਇਹਨੂੰ ਸਦਾਨ ਦੇ ਵਿੱਚ ਬਦਲਤਨਾ ਬਿਰਤਾਂ ਸਮੇਂ ਧਿਆਨ ਦਿਖੋ ਅੱਗੇ ਹਾ ਹਾ ਆਪਣਾ ਨਾਮ ਦੱਸੋ ਇਹਨੂੰ ਪ੍ਰਸ਼ਨ ਬਚਕ ਵਿੱਚ ਬਦਲਨਾ ਤੁਹਾਡਾ ਨਾਮ ਕੀ ਹੈ ਮੇਰੀ ਇੱਛਾ ਹੈ ਕਿ ਮੈਂ ਡਾਕਟਰ ਹੁੰਦਾ ਇਹਨੂੰ ਬਿਸਮੇ ਬਚਕ ਵਿੱਚ ਬਦਲਨਾ ਕਾਸ਼ ਮੈਂ ਅਮੀਰ ਹੁੰਦਾ ਗਿਆਰਵਾਂ ਹੇਠ ਲਿਖਿਆ ਕਹਾਵਤਾਂ ਵਿੱਚੋਂ ਕਿਸੇ ਤਿੰਨੇ ਨੂੰ ਵਾਕਾਂ ਵਿੱਚ ਬਲਤੋ ਜਾਂ ਉਹਨਾਂ ਦੀ ਬਤੂ ਦੀ ਬਤੂ ਦੀਆਂ ਸਥਿਤੀਆਂ ਦੱਸੋ ਉਹ ਰਹੇਗਾ ਅਸਬ ਅਸਰਫੀਆਂ ਦੀ ਲੋਤ ਤੇ ਕੋਲੇ ਤੇ ਮੋਰਾ ਰੀਜਨ ਸਰੇਖ ਜਦੋਂ ਕੀਮਤ ਕੀਮਤੀ ਚੀਜ਼ਾਂ ਬਲੇ ਵੇਪਰ ਵਾਈ ਵਲਤੀ ਜਾਵੇ ਪਰ ਨਿਗੂਣੇ ਰੀਜਨ ਦੀ ਸੰਭਾਰ ਕੀਤੀ ਜਾਵੇ ਤਾਂ ਇਹ ਖਾਂਦੀ ਬਤੋ ਕੀਤੀ ਜਾਂਦੀ ਹੈ ਸਾਡੇ ਦੇਸ ਵਿੱਚ ਲੀਡਰਾਂ ਨੂੰ ਸਮਝ ਨਹੀਂ ਆਉਂਦਾ ਕਿ ਨਵੀਆਂ ਨਮਕ ਖੋਜ ਕਰਨ ਤੇ ਕਾੜਾ ਕੱਢਣ ਦੀ ਸਮਰੱਥਾ ਰੱਖਣ ਵਾਲੇ ਵਿਗਿਆਨੀਆਂ ਨੂੰ ਨੌਕਰੀ ਤੇ ਮਾਨ ਸਨਮਾਨ ਨਾਲ ਦੇਣ ਅਤੇ ਅਤੇ ਆਪਣੀਆਂ ਕੁਬ ਕੁਨ ਬਾਪਰ ਵੀ ਬਾਪੜ ਵੀ ਦੀ ਨੀਤੀ ਉਤੇ ਚਲਦਿਆ ਨਿਕੰਮੇ ਅਤੇ ਪ੍ਰਿਸ਼ਤ ਵਿਅਕਤੀਆਂ ਨੂੰ ਚੰਗੀ ਨੌਕਰੀ ਤੇ ਉੱਚੇ ਅਹੁਦੇ ਦੇਣ ਅਸਫਰਦਿਆਂ ਦੀ ਲੁੱਟ ਤੇ ਕੋਲੇ ਤੇ ਮੋਹਰਾ ਬੜੀ ਗੱਲ ਹੈ ਕਿ ਦੂਸਰਾ ਹੈਗਾ ਹੱਥ ਨੂੰ ਹੱਥ ਤੋਂਦਾ ਹੈ ਆਪੇ ਆਪਸੀ ਸਹਿਯੋਗ ਦੀ ਸਿੱਖਿਆ ਦੇਣ ਲਈ ਇਹ ਆ ਖਾਂਧੀ ਬਤੂ ਕੀਤੀ ਜਾਂਦੀ ਹੈ ਜਦੋਂ ਤੁਸੀਂ ਕਿਸੇ ਉੱਪਰਲੇ ਥਾਂ ਚਲੇ ਜਾਉਂੋਂ ਤਾਂ ਤੁਹਾਨੂੰ ਦੂਜਿਆਂ ਦੀ ਲੋੜ ਬੜੀ ਸਿੱਧਤ ਨਾਲ ਮਹਿਸੂਸ ਹੁੰਦੀ ਹੈ ਇਕੱਲਾ ਤਾਂ ਉਹ ਕੁਝ ਹੀ ਕੁਝ ਵੀ ਨਹੀਂ ਕਰ ਸਕਦਾ ਇਸ ਤਰ੍ਹਾਂ ਸਮਾਜ ਵਿੱਚ ਹਰ ਬੰਦਾ ਇੱਕ ਦੂਜੇ ਦੇ ਕੰਮ ਆਉਂਦਾ ਹੈ ਤਾਂ ਇਹ ਕੰਮ ਚੱਲਦਾ ਹੈ ਸਿਆਣਨ ਨੇ ਠੀਕ ਹੀ ਕਿਹਾ ਹੈ ਹੱਥ ਨੂੰ ਹੱਥ ਤੋਂਦਾ ਹੈ ਅਗੇੜੀ ਬਿੱਲ ਬਿੱਲ ਸਾਹਮਣੇ ਦੁੱਧ ਜਮਾ ਬਿੱਲ ਸਾਹਮਣੇ ਦੁੱਧ ਨਹੀਂ ਜੰਮਦਾ ਇਹਦਾ ਸਜੂ ਖਾਨ ਬਾਲਿਆ ਦੇ ਸਾਹਮਣੇ ਚੀਜ਼ ਨਹੀਂ ਪਚਦੀ ਇਹਦਾ ਇਸੇ ਮਤਲਬ ਬਾਕਮਾਨ ਹੁਆ ਸਰਕਾਰ ਦਾ ਕੰਮ ਹੈ ਦੇਸ਼ ਵਿੱਚੋਂ ਟੈਕਸ ਦੇ ਰੂਪ ਵਿੱਚ ਇਕੱਠੇ ਕੀਤੇ ਤੁਹਾਨੂੰ ਲੋਕ ਭਲਾਈ ਤੇ ਕੰਮਾਂ ਵਿੱਚ ਖਰਚ ਕਰਕੇ ਖਰਚ ਕਰੇ ਪਰ ਸਰਕਾਰ ਅਫਸਰ ਦੇ ਵਜੀਰ ਵਜੀਰ ਪਿਸਟ ਹੋਣ ਕਰਕੇ ਤੁਹਾਨੂੰ ਵਿਗੇ ਤੇਡੇ ਤੰਗ ਨਾਲ ਆਪਣੇ ਹੀ ਪੇਟੇ ਵਿੱਚ ਪਾਈ ਜਾਂਦੇ ਹਨ ਅਤੇ ਲੋਕ ਭਲਾਈ ਤੇ ਕੋਈ ਵੀ ਕੰਮ ਨਹੀਂ ਹੁੰਦਾ ਸਾਨੇ ਸੱਚ ਹੀ ਕਹਿੰਦੇ ਹਨ ਬਿੱਲੀ ਸਾਹਮਣੇ ਦੁੱਧ ਨਹੀਂ ਜੰਮਦਾ ਅਗੇ ਸੱਸਾ ਤੇਡੇ ਪਰਤੇ ਕੰਮ ਸਦਿਆ ਜਦੋਂ ਕੋਈ ਮਤਲਬ ਕੱਢਣ ਮਗਰੋਂ ਮੂੰਹ ਨਾ ਬਿਖਾਵੇ ਉਹ ਉਹ ਤਾਂ ਇਸ ਖਾਂ ਦੀ ਬੰਤੋਂ ਕੀਤੀ ਜਾਂਦੀ ਹੈ ਜਦੋਂ ਪ੍ਰਵੀnder ਨੂੰ ਉਧਾਰ ਪੈਸੇ ਦੀ ਰੋਲ ਸੀ ਤਦ ਤਾਂ ਉਹ ਮੇਰੇ ਘਰ ਮੁੜ ਮੁੜ ਫੇਰੇ ਫੇਰੇ ਮਾਰਦਾ ਸੀ ਤੇ ਨਿੱਕੇ ਮੁੱਟੇ ਬਗਾ ਬਗਾਣਾ ਵੀ ਕਰ ਦਿੰਦਾ ਸੀ ਪਰ ਜਦੋਂ ਉਸ ਨੂੰ ਪੈਸੇ ਮਿਲ ਗਏ ਤਾਂ ਉਸ ਨੇ ਮੂੰਹ ਮੁੜ ਕੇ ਕਦੇ ਮੂੰਹ ਨਹੀਂ ਬਿਖਾਇਆ ਅਖੇ ਤੇ ਦੱਪਿਆ ਤੇ ਕੰਮ ਸੜਿਆ ਮਤਲਬ ਇਹ ਲੋਕ ਇਹੋ ਜਿਹੇ ਹੁੰਦੇ ਹਨ ਅਗੇ ਹਾਹਾ ਬੇਲੇ ਦੀ ਨਮਾਜ਼ ਕੁਬੇਲੇ ਨੂੰ ਤੱਕਣਾ ਬੇਲੇ ਦੀ ਨਮਾਜ਼ ਕੁਬੇਲੇ ਦੇ ਤੱਕਣਾ ਜੋ ਕੁ ਸਮੇਂ ਬੀਤਰ ਮਗਰੋਂ ਕੰਮ ਠੀਕ ਨਹੀਂ ਹੁੰਦਾ ਤੁਹਾਨੂੰ ਤੁਹਾਨੂੰ ਆਪਣਾ ਕੰਮ ਬੇਲੇ ਸਰ ਕਰ ਲੈਣਾ ਚਾਹੀਦਾ ਹੈ ਚਾਹੀਦਾ ਹੈ ਨਹੀਂ ਤਾਂ ਮਗਰੋਂ ਉਸ ਉਸ ਵਿੱਚ ਕਈ ਰੁਕਾਵਟ ਪੈਦਾ ਪੈਦਾ ਹੋ ਜਾਂਦੀਆਂ ਹਨ ਤੁਹਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਬੀਜਦੀ ਨਮਾਜ਼ ਕੁਬੇਲੇ ਦੀ ਟੱਕਰਾਂ ਹੁੰਦੀ ਹਨ ਅਗਨੋਮਾ ਕਿਸੇ ਇੱਕ ਕਵਿਤਾ ਦਾ ਕਿੰਦੀ ਭਾਵ ਲਿਖੋ ਇਥੇ ਨ ਕਵਿਤਾ ਮੰਨੇ ਇਹਨਾਂ ਵਿੱਚੋਂ ਤੁਸੀਂ ਕੋਈ ਇੱਕ ਹਨ ਹੈ ਪਹਿਲੇ ਹੈ ਟੁਕੜੀ ਜਗਤੋਂ ਨਿਆਲੀ ਟੁਕੜੀ ਜਗਤੋਂ ਨਿਆਲੀ ਕਵਿਤਾ ਭਾਈ ਵੀਰ ਸਿੰਘ ਨੇ ਲਿਖੀ ਹੋਈ ਹੈ ਇਸ ਕਵਿਤਾ ਵਿੱਚ ਭਾਈ ਸਾਹਿਬ ਨੇ ਕਸ਼ਮੀਰ ਦੀ ਕਸ਼ਮੀਰ ਦੀ ਕੁਦਰਤੀ ਸੁੰਦਰਤਾ ਨੂੰ ਬੜੇ ਰਹਿਸ਼ਮਈ ਤੰਗ ਦਾ ਬਿਆਨ ਕੀਤਾ ਹੈ ਇਸ ਕਵਿਤਾ ਦਾ ਕੇਂਦਰੀ ਭਾਵ ਹੀਥਲੀ ਦੇ ਅਨੁਸਾਰ ਹੈ ਕਸ਼ਮੀਰ ਦੀ ਧਰਤੀ ਦੁਨੀਆ ਪਰ ਵਿੱਚ ਨਿਆਰੀ ਧਰਤੀ ਹੈ ਇਸ ਦਾ ਨਿਰਮਾਣ ਕੁਦਰਤੀ ਰੀਵੀ ਨੇ ਆਪ ਕੀਤਾ ਹੈ ਜਿਸ ਦਾ ਅਕੀਸ ਵਿੱਚ ਅਸਮਾਨੀ ਸੁੰਦਰਤਾ ਝਲਕਦੀ ਹਨ ਇਸ ਵਿੱਚ ਰਸਮੀ ਰਜਮਾ ਝਲਕਦੀਆਂ ਪਲਤਿਤ ਹੁੰਦੀਆਂ ਹਨ ਅਗਿਆੜਾ ਬਗਦੇ ਪਾਣੀ ਦਿਵਾਂ ਸਿੰਘ ਕਾਲੇਪਾਿੰਦੀਆ ਬਗਦੇ ਪਾਣੀ ਕਵਿਤਾ ਦਿਵਾਂ ਸਿੰਘ ਕਾਲੇਪਾਿੰਦੀ ਦੀ ਰਚਨਾ ਹੈ ਇਸ ਦਾ ਕੇਂਦਰੀ ਭਾਵ ਹੀ ਤਰੀਕੇ ਅਨੁਸਾਰ ਹੈ ਪਹਿਲਾ ਜਿੰਦਗੀ ਦਾ ਪਾਣੀ ਹਮੇਸ਼ਾ ਚੱਲਦਾ ਰਹਿਣਾ ਚਾਹੁੰਦਾ ਹੈ ਕਿਉਂਕਿ ਇਹਦੇ ਚੱਲਦੇ ਰਹਿਣੇ ਵਿੱਚ ਹੀ ਦੀ ਤਾਜ਼ਗੀ ਤੇ ਵਿਕਾਸ ਹੁੰਦਾ ਹੈ ਵਿਕਾਸ ਹੈ ਮਨੁੱਖੀ ਜਿੰਦੜੀਆਂ ਦੀ ਏਕਤਾ ਹੀ ਉਹਨਾਂ ਨੂੰ ਜਿਉਂਦੇ ਰੱਖਦੀ ਹੈ ਉਹਨਾਂ ਦੀਆਂ ਰੂਹਾਂ ਦੀ ਉਡਾਰੀ ਉਹਨਾਂ ਨੂੰ ਵਿਕਾਸਪੂਰਵਕ ਉੱਚੇ ਮੰਜਲੇ ਤੇ ਪਹੁੰਚਾਉਂਦੀ ਹਨ ਅਗੇੜੀ ਐਵੇਂ ਨਾ ਬੁੱਤਾਂ ਤੇ ਦੋਲੀ ਜਾ ਪਾਣੀ ਸੁਰਜੀਤ ਪਾਤਰ ਦੀ ਲਿਖੀ ਆ ਐਵੇਂ ਨਾ ਬੁੱਤਾਂ ਤੇ ਦੋਲੀ ਜਾ ਪਾਣੀ ਕਵਿਤਾ ਸੁਰਜੀਤ ਪਾਤਰ ਦੀ ਰਚਨਾ ਹੈ ਇਸ ਕਵਿਤਾ ਦਾ ਕੇਂਦਰੀ ਭਾਵ ਇਹ ਹੈ ਪਾਣੀ ਦਾ ਰੁੱਖਾਂ ਦੇ ਜੀਵਨ ਵਿੱਚ ਦੂਗਾ ਸਬੰਧ ਹੈ ਇਸ ਨੂੰ ਐਵੇਂ ਨਾ ਐਵੇਂ ਨਹੀਂ ਹੋਣਾ ਚਾਹੀਦਾ ਪਾਣੀ ਦਾ ਸੰਕਟ ਜੀਵਨ ਲਈ ਘਾਟਕ ਹੋਵੇਗਾ ਦੇਖ 10 ਕਿਸੇ ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦ ਵਿੱਚ ਲਿਖੋ ਇਹਦੇ ਵਿੱਚ ਤੁਸੀਂ ਦੋ ਕਹਾਣੀਆਂ ਦਿੱਤੀਆਂ ਗਈਆਂ ਹੋਣਗੀਆਂ ਇਹਨਾਂ ਵਿੱਚ ਤੁਸੀਂ ਕੋਈ ਇੱਕ ਕਰਨੀ ਹੈ ਜਿਵੇਂ ਸਾੰਜ ਕਹਾਣੀ ਹੈ ਇਹ ਤੁਸੀਂ ਦੇਖ ਸਕਦੇ ਹੋ ਸਾਰੀ ਮਤਲਬ ਫੁੱਲ ਸੋਲਵ ਕੀਤੀ ਹੋਈ ਹੈ ਉੰਬੀ ਤੂੰ ਹਰੇ ਕਿਤਾਬ ਦੇ ਵਿੱਚ ਲਿਖੀ ਹੋਊਗੀ ਉੱਥੇ ਤੂੰ ਜਾ ਕੇ ਦੇਖ ਸਕਦੇ ਹੋ ਨਹੀਂ ਤਾਂ ਟੈਲੀਗ੍ਰam ਚੈਨਲ 'ਚ ਪੀਡੀਐਫ ਹੈਗੀ ਆ ਉੱਥੇ ਵੀ ਜਾ ਕੇ ਤੁਸੀਂ ਉੱਥੋਂ ਪੀਡੀਐਫ ਦੇਖ ਕੇ ਆਪੀ ਪੀਡੀਐਫ ਪਾ ਕੇ ਰੱਖਿਆ ਆਪਾਂ ਸੌਲਵ ਉੱਥੇ ਜਾ ਕੇ ਦੇਖ ਕੇ ਤੁਸੀਂ ਯਾਦ ਕਰ ਲੈਣਾ ਅਗੇ ਦੀ ਆਪਸ਼ਨ ਦੇ ਵਿੱਚ ਹੈਗੀ ਆ ਕੱਲ ਜਾ ਆਪਣੇ ਗੁਰਜਾ ਸਿੰਘ ਸੰਧੂ ਦੀਆ ਤੁਸੀਂ ਸਾਂਝ ਕਰਕੇ ਆਉਣੀ ਹੈ ਕਿਉਂਕਿ ਸਾਂਝ ਜਿਆਦਾ ਸੌਖੀ ਆ ਜੇਕਰ ਤੁਹਾਨੂੰ ਪੇਪਰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਆਪਾਂ ਫਿਰ ਮਿਲਾਂਗੇ ਇੱਕ ਅਗਲੀ ਵੀਡੀਓ 'ਚ ਓਕੇ ਦੋਸਤੋ